ਇਹ ਜੀ ਯਾਸਰ ਦਿਖੀ ਸਾਹਿਬ ਨੇ ਹਾਂਜੀ ਇਹ ਪਰਸੋਂ ਕਬੂਤਰ ਛੱਡੇ ਸਨ 9 ਅੱਛਾ ਜੀ 9ਵਾਂ ਕਬੂਤਰਾਂ ਦੇ ਵਿੱਚੋਂ 2 ਕਬੂਤਰ ਰਹਿ ਗਏ ਸੀ 7 ਕਬੂਤਰ ਬਹਿ ਗਏ ਸੀ ਹਾਂਜੀ ਇੱਕ ਯਾਸਰ ਦਿਖੀ ਦਾ ਕਬੂਤਰ ਸੀ ਜੀ ਇੱਕ ਬਾਬੇ ਕੰਦੇ ਘਰ ਫਾਨ ਜੱਟ ਦਾ ਕਬੂਤਰ ਸੀ ਅੱਛਾ ਇਹ 2 ਕਬੂਤਰ ਰਹਿ ਗਏ ਸੀ ਜਿਹੜੇ ਜਨਾਬੇ ਵਾਲੀ ਆ ਅੱਜ ਛੱਡੇ ਸਵੇਰੇ ਅੱਜ ਦੁਬਾਰਾ ਛੱਡੇ ਸਨ ਇੱਕ ਕਬੂਤਰ ਕੱਲ 6:35 ਤੇ ਬਾਲਿਆ ਸੀ 8 ਵਜੇ ਬਾਲਿਆ ਸੀ ਹਾਂਜੀ ਠੀਕ ਹੋ ਗਿਆ ਇਹ ਅੱਜ ਕਬੂਤਰ ਦੁਬਾਰਾ ਛੱਡੇ ਫਿਰ 2 ਛੱਡੇ ਕਬੂਤਰ 9 ਕਬੂਤਰ 7 ਕਬੂਤਰ ਬਹਿ ਗਏ ਸੀ 2 ਰਹਿ ਗਏ ਸੀ ਇਹ ਦੋਵਾਂ ਨੂੰ ਛੱਡਿਆ 8 ਵਜੇ ਇਹ ਦੋਵਾਂ ਅੱਜ 8 ਵਜੇ ਛੱਡੇ ਸਵੇਰੇ ਕਬੂਤਰ ਠੀਕ ਹੈ ਠੀਕ ਹੋ ਗਿਆ ਇਹ ਯਾਸਰ ਦਾ ਕਬੂਤਰ ਆਇਆ ਦੂਸਰੇ ਨੰਬਰ ਤੇ 1 ਵਜੇ ਬੈਠਾ ਹੈ ਹਾਂਜੀ ਤੇ ਜਿਹੜਾ ਦੂਸਰਾ ਸਿਰਫਾਨ ਦਾ ਕਬੂਤਰ ਉਹ ਪਹਿਲੇ ਨੰਬਰ ਤੇ ਆਇਆ ਉਹ ਪਹਿਲੇ ਨੰਬਰ ਤੇ ਆਇਆ ਉਹ ਬੈਠਾ ਜਨਾਬ 2 ਵਜੇ ਠੀਕ ਹੋ ਗਿਆ ਠੀਕ ਹੋ ਗਿਆ ਇਹ ਦੋਵਾਂ ਕਬੂਤਰਾਂ ਦੇ ਵਿੱਚੋਂ ਇਹ ਦੂਜੇ ਨੰਬਰ ਤੇ ਆ ਗਿਆ ਯਾਸਰ ਵਾਲਾ ਹਾਂਜੀ ਸਿਰਫਾਨ ਦਾ ਪਹਿਲੇ ਨੰਬਰ ਤੇ ਆ ਗਿਆ ਸਾਡੇ ਕੋਲ ਸਿਰਫਾਨ ਨਹੀਂ ਹੈਗਾ ਤੁਹਾਨੂੰ ਉਹਨਾਂ ਦਾ ਕਬੂਤਰ ਹੀ ਵਿਖਾਈਏ ਠੀਕ ਹੋ ਗਿਆ ਠੀਕ ਹੋ ਗਿਆ ਜਨਾਬ ਹਾਂਜੀ ਇਹ ਕਿਉਂਕਿ ਅਸੀਂ ਤੁਹਾਨੂੰ ਵਿਖਾਈ ਸੀ ਵੀਡੀਓ ਤੇ ਹੁਣ ਵੀਡੀਓ ਦਾ ਐਂਡ ਹੋ ਗਿਆ ਹੁਣ ਪਤਾ ਲੱਗ ਗਿਆ ਅੱਜ ਕਬੂਤਰ ਕਿਹੜਾ ਪਹਿਲੇ ਨੰਬਰ ਤੇ ਆ ਕਿਹੜਾ ਦੂਜੇ ਨੰਬਰ ਤੇ ਆ ਠੀਕ ਹੋ ਗਿਆ ਦੱਸ ਦਿਓ ਕਬੂਤਰ ਮਰਨ ਵਾਲਾ ਹੈ ਇਹਨੂੰ ਲੈ ਗਏ ਨੇ ਪਾਸੇ ਸਹੀ ਕਰਾਉਣ ਅੱਛਾ ਉਹ ਕਬੂਤਰ ਨਾਲੇ ਬਿਮਾਰ ਹੋ ਗਿਆ ਗਰਮੀ ਦੇ ਵਿੱਚ ਜਿਹੜਾ ਜਿੱਤਿਆ ਹਾਂ ਜਿਹੜਾ ਪਾਇਆ ਹਾਂ ਉਹਨੂੰ ਦਵਾਈ ਸ਼ਵਾਈ ਲੈ ਕੇ ਲੈ ਗਏ 17 ਚ ਇਹ ਡਰਾਫਟ ਉੱਪਰ ਆਸ ਤੋਂ ਪਰਾਂ ਲੈ ਗਏ ਨੇ ਉਹਨੂੰ ਠੀਕ ਹੈ ਇੱਥੇ ਨਾ ਇੱਕ ਡਾਕਟਰ ਹੈ ਹਾਂਜੀ ਕਬੂਤਰਾਂ ਦਾ ਉਹਨੂੰ ਲੈ ਗਏ ਨੇ ਕਬੂਤਰ ਦਾ ਬੜਾ ਬੁਰਾ ਹਾਲ ਹੈ ਅੱਛਾ ਅੱਛਾ ਗਰਮੀ ਨਾਲ ਬਿਮਾਰ ਹੋ ਗਿਆ ਲੇਕਿਨ ਮਾਸ਼ਾਅੱਲਾ ਦੇਸੀ ਦਾ ਯਾਸਰ ਦਾ ਕਬੂਤਰ ਹੈ ਜਿਹੜਾ ਉਹਨੇ ਹਾਂ ਪਹਿਲੇ ਨੇ ਖਿਲਿਆ ਖਿਲਿਆ ਸੀ ਉਹਨੂੰ ਖੜਾ ਉਹ ਮੈਂ ਮਾਸ਼ਾਅੱਲਾ ਜੀ ਅਗਲਾ ਹੋਣਾ ਨੂੰ ਇਸ ਤੋਂ ਬਾਅਦ ਹੈਗੀ ਆਪਣੀ ਵਾਰੀ ਐਤਵਾਰ ਨੂੰ ਹੀ ਸਰ ਅੱਛਾ ਅੱਛਾ ਹੁਣ ਜੇ ਇਸਨੇ ਬਾਈ ਛੱਡੀ ਉਸਨੇ ਤੇ ਤੁਹਾਨੂੰ ਸੌਂਗ ਉਹਨੇ ਕਬੂਤਰ ਛੱਡਾ ਜੀ ਹਾਂ ਠੀਕ ਹੋ ਗਿਆ ਜੀ ਅੱਲਾ ਦੀ ਕੋਲ ਤੇ